Hello, assalamu alaikum. Today we are going to make a radish stuff bread. Aaj assi mooli da paratha banange. Mooli da paratha less spicy, mazedar aur healthy. Let's start with that. Okay, assi radish le liye, nu mooli ethe kehne aa American mooli ida naam hai. Eh assi ajwain le liye te naal thodi jinni ajwain naal adda half spoon saar le liya. ਅਤੇ ਇਹ ਚਿੱਲੀ ਪਾਊਡਰ ਲੈ ਲਿਆ ਔਰ ਇਹਨੂੰ ਅਸੀਂ ਹੁਣ ਮੂਲੀ ਕੰਡਾ ਕਰਾਂਗੇ ਅਤੇ ਲੈਟ ਸਟਾਰਟ ਇਹ ਅਸੀਂ ਕੱਦੂਕਸ਼ ਕਰਨੇ ਪਿਆ ਇਹ ਮੂਲੀ ਕੰਡਾ ਤਿਆਰ ਹੋ ਗਿਆ ਇਹਨੂੰ ਅਸੀਂ ਇਹਦੇ ਵਿੱਚ ਪਾਣੀ ਕੱਢ ਲਾਂਗੇ ਨਿਚੋੜ ਲਾਂਗੇ ਅਤੇ ਫਿਰ ਸਾਰੇ ਸਪਾਈਸਿਸ ਪਾ ਕੇ ਅਤੇ ਫਿਰ ਮੂਲੀ ਦਾ ਪਰਾਂਠਾ ਬਣਾਉਂਦੇ ਹਾਂ ਲਓ ਜੀ ਪਾਣੀ ਨਿਚੋੜਨੇ ਆ ਪਏ ਪਾਣੀ ਨੂੰ ਫੁੱਲ ਡਰੇਨ ਵੀ ਆਰ ਗੋਇੰਗ ਟੂ ਡਰੇਨ ਆਊਟ ਫੁੱਲ all waters because that make good stuff paratha ਹੁਣ ਅਸੀਂ ਇਹਦੇ ਵਿੱਚ ਮਸਾਲਾ ਮਿਕਸ ਕਰ ਦਿਆਂਗੇ ਇਹਨੂੰ ਮਿਕਸ ਕਰ ਦਿਆਂਗੇ ਅੱਛਾ ਅਸੀਂ ਹਮ ਅਸੀਂ ਬੇਲਣ ਲਈ ਲਿਆ ਔਰ ਪੇੜਾ ਕਰਨੇ ਵਾਲੇ ਲਈ ਲਿਆ ਇਹ ਪੀਜ਼ਾ ਰੋਲ ਓਵਰ ਜਿਹਨੂੰ ਕਹਿੰਦੇ ਨੇ ਔਰ ਯੂ ਕਾਲ ਪੀਜ਼ਾ ਰੋਲ ਓਵਰ ਔਰ ਅਸੀਂ ਹੁਣ ਪੇੜੇ ਬਣਾਉਂਦੇ ਔਰ ਸਾਥ ਹੀ ਅਸੀਂ ਚੁੱਲ੍ਹੇ 'ਤੇ ਤਵਾ ਰੱਖ ਦਿੱਤਾ ਇਹਨੂੰ ਸਲੋ ਅੱਗ 'ਤੇ ਰੱਖ ਦਿੱਤਾ ਆਸਤਾ 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 ਗਰਮ ਹੋ ਜਾਏਗਾ ਇਹ ਆਟਾ ਪਹਿਲੇ ਕਾ ਗੁੰਦਿਆ ਹੋਇਆ ਸੀ ਅਤੇ ਅਸੀਂ ਲੈ ਲਿਆ ਇਹ ਵੀ ਤੁਹਾਨੂੰ ਆਟਾ ਗੁੰਦਣ ਦਾ ਤਰੀਕਾ ਵੀ ਦੱਸਾਂਗੇ ਨੈਕਸਟ ਵੀਡੀਓ 'ਤੇ ਇਹਨੂੰ ਜਿਸ ਤਰ੍ਹਾਂ ਲੱਛੇਦਾਰ ਪਰਾਂਠਾ ਬਣਾਉਂਦੇ ਨੇ ਉਸ ਤਰ੍ਹਾਂ ਕਰ ਲਿਆ ਅਸੀਂ ਇਸਦੇ ਉੱਤੇ ਅਸੀਂ ਥੋੜ੍ਹੀ ਜਿਹੀ ਪਾਰਸਲੀ ਪਾਈਏ ਔਰ ਇਹਨੂੰ ਫਿਰ ਰੋਲ ਓਵਰ ਕਰਕੇ ਪਰਾਂਠਾ ਬਣਾਉਂਦੇ ਹਾਂ ਲੈਟਸ ਤਵੇ 'ਤੇ ਪਾ ਦਿੱਤਾ ਹੈ ਉੱਤੋਂ ਜਿਸ ਵੇਲੇ ਥੋੜ੍ਹਾ ਜਿਹਾ ਨਾ ਬਰਾਊਨ ਜਿਹਾ ਕਲਰ ਹੋ ਜਾਏ ਤਾਂ ਟਰਨ ਇਹਨੂੰ ਪਾਸਾ ਪਲਟ ਦੇਈਦਾ ਪਰਾਂਠੇ ਨੂੰ ਪਾਸਾ ਪਲਟ ਦਿੱਤਾ ਵੀ ਜਸਟ ਟਰਨ ਅਰਾਊਂਡ ਦਿਸ ਸਟਫ ਬਰਾਡ ਇਹਦੇ ਉੱਤੇ ਥੋੜ੍ਹਾ ਜਿਹਾ ਨਾ ਘਿਓ ਬਟਰ ਅਪਲਾਈ ਕੀਤਾ ਥੋੜ੍ਹਾ ਜ਼ਿਆਦਾ ਨਹੀਂ ਥੋੜ੍ਹਾ ਹੀ ਕ
कलर बहुत अच्छा आ रहा है पराठे का। ये बन गया है पराठा, लेट्स सी हाउ इट लुक लाइक। सी रियल स्टफ इनसाइड। थोड़ा सा ऑरेगानो डाल दिया या पार्सली, दोनों में से कोई भी डाल सकते हैं। पहला पराठा लीफ शेप का सी, तो यह जरा राउंड गोल गोल पराठा बन गया। और पराठे के नाल चटनी बनाने का तरीका है कि असी दही ले लिया, वो थोड़ा जिना पुदीना पाया, साल्ट पाया थोड़ा जिना, उत्ते थोड़ा जिना हरी मिर्च पाई कुट के उत्ते इन्हों मिक्स कर दिता है। दैट्स ऑल, चटनी रेडी हो जाएगी।